ਕਿੱਥੇ ਰਹਿ ਗਈ ਇਹ ਬਾਬੇ ਕੁੜੀ ਨੂੰ ਵੀ ਤੇਰੇ ਚ ਕੋਈ ਖਾਸਾ ਇੰਟਰਸਟ ਮੈਨੂੰ ਲੱਗਣ ਨਹੀਂ ਰਿਹਾ ਉਹ ਬੈਂ ਸਾਹਿਬ ਇਹ ਤੁਹਾਨੂੰ ਹੁਣ ਕਿਵੇਂ ਪਤਾ ਕਿਵੇਂ ਪਤਾ ਜੇ ਅਗਲੀ ਨੂੰ ਇੰਟਰਸਟ ਹੁੰਦਾ ਤਾਂ ਹੁਣ ਆ ਕੇ ਬੈਠੀ ਨਾ ਹੁੰਦੀ ਇੱਥੇ ਉਹੀ ਤਾਂ ਮੈਂ ਕਹਿੰਦਾ ਗੱਲ ਤਾਂ ਮੈਨੂੰ ਤੁਹਾਡੀ ਕਿਤੇ ਨਾ ਕਿਤੇ ਠੀਕ ਲੱਗਦੀ ਆ ਪਰ ਆਪਾਂ ਫਿਰ ਵੀ 10 ਮਿੰਟ ਡੀਕ ਲੈਣੇ ਨਹੀਂ ਤਾਂ ਆਪਣਾ ਤਾਂ ਜਵਾਬ ਹੈਗਾ ਹੀ ਆ ਉੱਪਰ ਦੀ ਤੇਰੀ ਦੀ ਬਾਬੇ ਆ ਵੇਖ ਹੰਕਾਰੀ ਐ ਨੂੰ ਤੁਰੀ ਆਉਣ ਦੀ ਆ ਯਾਰ ਤੇਰੀ ਇਹ ਕਿੱਥੋਂ ਆ ਗਈ ਉਹ ਕੁੜੀ ਛੱਡੇ ਕੁੜੀ ਸਾਹਮਣੇ ਮੇਰੀ ਬੇਇੱਜ਼ਤੀ ਬਹੁਤ ਕਰੂਗੀ ਯਾਰ ਤੈਨੂੰ ਬੁਰਾ ਬੁਰਾ ਫਾਇਦਾ ਕੁੜੀ ਵੱਲੋਂ ਨਾ ਹੋ ਜੂ ਸ਼ਰਮ ਨਹੀਂ ਆਉਂਦੀ ਇੱਥੇ ਆ ਕੇ ਕਾਫੀਆਂ ਪੀ ਰਹੇ ਹੋ ਇੱਥੇ ਆਫਿਸ ਆਇਆ ਤੁਸੀਂ ਕੀ ਕਰ ਰਹੇ ਹੋ ਡੈਡੀ ਨੂੰ ਨਾ ਹੁਣੇ ਫੋਨ ਲਾਉਣੀ ਆ ਖੜ ਜਾ ਗੱਲ ਸੁਣ ਮੇਰੀ ਤੂੰ ਡੈਡੀ ਨੂੰ ਛੱਡ ਭਾਵੇਂ ਡੈਡੀ ਦੇ ਨਾ ਪਾਪੇ ਨੂੰ ਫੋਨ ਲਾ ਲਾ ਚੰਗਾ ਜੱਟੀ ਤੇਰੀ ਨੌਕਰੀ ਤੇ ਨਹੀਂ ਬੈਠੀ ਇੱਥੇ ਵੈਸੇ ਵੀ ਤੁਹਾਡੇ ਵਰਗੇ ਅਨਪੜਾਂ ਨੂੰ ਮੈਂ ਬੁਲਾ ਕੇ ਵੀ ਨਹੀਂ ਰਾਜ਼ੀ ਕੀ ਕਿਹਾ ਮੈਂ ਨਾ ਲਾ ਜੁੱਤੀ ਲੈ ਲਾ ਪਾ ਲੰਮਾ ਲੜਕੀ ਉਹ ਛੱਡ ਉਹ ਮੈਂ ਠੰਡੇ ਮਿੰਟ ਵਾਲੀ ਗੱਲ ਆ ਮਿੰਟ ਵਾਲੀ ਗੱਲ ਆ ਇੱਥੋਂ ਵਗ ਜਾਓ ਪਲੀਜ਼ ਇਹਨੇ ਨਾ ਕਿਸੇ ਦਿਨ ਝਾਟਾ ਪਟਾ ਲੈਣਾ ਹੈ ਮੇਰੇ ਤੋਂ ਮੰਗਾ ਮੇਰੇ ਲਈ ਬਤਾ ਜਾ ਰਿਕ ਚੰਗਾ ਹੋਇਆ ਇਹਨਾਂ ਨੇ ਮੂਡ ਖਰਾਬ ਕਰਤਾ ਸਾਰਾ ਗੁੱਸਾ ਨਾ ਹੁਣ ਮੁੰਡੇ ਤੇ ਲਾ ਸਰਦਾਰ ਸਾਹਿਬ ਇੱਕ ਠੰਡਾ ਜਿਹਾ ਬੱਤਾ ਦਿਓ ਮਹਾਰਾਜ ਇੱਥੇ ਕੰਮ ਤੱਤਾ ਹੋਇਆ ਪਿਆ ਕੌਣ ਹੈ ਹਾਂਜੀ ਬੇਟਾ ਮੰਮਾ ਯਾਰ ਇੱਥੇ ਕਈ ਮੁੰਡੇ ਆ ਕਿਹਨੂੰ ਮਿਲਣਾ ਫੋਟੋ ਭੇਜੋ ਮੈਨੂੰ ਛੇਤੀ ਮੁੰਡੇ ਦੀ ਚੰਗਾ ਮੈਂ ਭੇਜਦੀ ਹਾਂ ਤੈਨੂੰ ਹਾਂ ਓਕੇ ਬੇਟਾ ਜੀ ਕਿੱਥੇ ਹੋ ਤੁਸੀਂ ਉਹ ਮੈਂ ਲਾਂਟੇ ਬੈਠਾ ਵਾਂ ਚਾਊਸ ਦੇ ਕੋਈ ਨਹੀਂ ਆਇਆ ਇੱਥੇ ਮਿਲਣ ਅੱਛਾ ਬੇਟਾ ਅਤਾ ਕਰ ਇੱਕ ਆਪਣੀ ਚੰਗੀ ਜੀ ਫੋਟੋ ਭੇਜ ਦੇ ਉਹ ਬਤਖ ਦੇ ਮੂੰਹ ਵਰਗੀ ਨਾ ਭੇਜਦੀ ਕੁੜੀ ਦੀ ਮਾਂ ਨੂੰ ਭੇਜਣੀ ਹੈ ਮੈਂ ਉਹ ਕੁੜੀ ਵਾਲਿਆਂ ਕੋ ਪਹਿਲਾਂ ਆਪਣੀ ਕੁੜੀ ਦੀ ਫੋਟੋ ਤਾਂ ਭੇਜ ਦੋ ਤਾਂ ਹੀ ਮੈਨੂੰ ਪਤਾ ਲੱਗੂਗਾ ਠੀਕ ਹੈ ਮੈਂ ਕਹਿੰਦਾ ਉਹਨਾਂ ਨੂੰ ਮੈਂ ਵੀ ਭੇਜਦਾ ਤੁਹਾਨੂੰ ਉਹ ਗੱਲ ਸੁਣੋ ਮੇਰੀ ਸੈਲਫੀਆਂ ਤੂੰ ਖਿੱਚੀ ਜਾਣਾ ਵਾ ਅਗਲੀ ਦੀ ਫੋਟੋ ਵੇਖ ਕੇ ਕਿਤੇ ਡੁੱਲ ਨਾ ਪਈ ਅੱਜ ਕੱਲ ਬੜੀਆਂ ਐਪਾਂ ਚੱਲੀਆਂ ਈ ਬਿਊਟੀ ਪਲੱਸ ਮਾਈਨਸ ਖਰੇ ਕੀ ਪਤਾ ਨੀ ਆ ਗਿਆ ਫੋਟੋ ਖਾ ਯਾਰ ਇਹਦੀ ਕਿਉਂ ਫੋਟੋ ਖਾਈ ਜਾਂਦਾ ਕੁੜੀ ਦੀ ਫੋਟੋ ਆਈ ਆ ਖਾ ਆਈ ਆ ਕੁੜੀ ਬਾਬੇ ਮੈਨੂੰ ਤਾਂ ਲੱਗਿਆ ਸੀ ਤੂੰ ਖੂਸ਼ ਛਾਲ ਮਾਰਨ ਲੱਗਾ ਤੂੰ ਤਾਂ ਜਵਾਲਾਮੁਖੀ ਚ ਡਿੱਗ ਪਿਆ ਤੂੰ 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 ਤੇਰੀ ਹਿੰਮਤ ਕਿਵੇਂ ਹੋਈ ਤੂੰ ਮੇਰੇ ਨਾਲ ਵਿਆਹ ਕਰਾਉਣ ਦੀ ਕਿਵੇਂ ਸੋਚੀ 2 ਮਿੰਟ ਤਾਂ ਮੈਨੂੰ ਯਕੀਨ ਹੀ ਨਹੀਂ ਆਇਆ ਇਹ ਤੇਰੀ ਫੋਟੋ ਹੈ ਉਹ ਮੇਰਾ ਫੇਸ ਕੱਟ ਸੋਣਾ ਮੇਰੀ ਫੋਟੋ ਸੋਣੀ ਆਉਂਦੀ ਆ ਤੂੰ ਆਪਣੀ ਫੋਟੋ ਟੇਢਾ ਮੂੰਹ ਕਰਕੇ ਕਦੇ ਭੇਜੀ ਹੈ ਔਰ ਤੂੰ ਮੈਨੂੰ ਦੱਸ ਦਿੰਦੀ ਵੀ ਤੂੰ ਆ ਮੈਂ ਤਾਂ ਵੈਸੇ ਹੀ ਉਲਟੀਆਂ ਕਰ ਕਰ ਮਰ ਜਾਂਦਾ ਸੇਮ ਵਿਦ ਮੀ ਤੂੰ ਮੇਰੇ ਨਾਲ ਵਿਆਹ ਕਰਾਉਂਦਾ ਸੋਚਿਆ ਵੀ ਕਿਵੇਂ ਤੈਨੂੰ ਤਾਂ ਨਾ ਮੇਰੇ ਤੋਂ ਰਿਟਨ ਚ ਮਾਫੀ ਮੰਗਣੀ ਚਾਹੀਦੀ ਹਾਂ ਮੰਗਦਾ ਤੇ ਤੂੰ ਮਾਫੀਆਂ ਤੇਰੇ ਘਰਦਿਆਂ ਨੂੰ ਮੇਰੇ ਤੋਂ ਮਾਫੀਆਂ ਮੰਗਣੀਆਂ ਚਾਹੀਦੀਆਂ ਵਿਚਾਰਾ ਗਰੀਬ ਫਸਾ ਦੇਣਾ ਸੀ ਉਹਨਾਂ ਨੇ ਮਾਤਾ ਰਾਣੀ ਨੇ ਬਚਾ ਲਿਆ ਮੈਨੂੰ ਤਾਂ ਤੇਰੇ ਮੱਥੇ ਲੱਗ ਕੇ ਨਾ ਮੇਰਾ ਪੂਰਾ ਦਿਨ ਖਰਾਬ ਹੋ ਜਾਂਦਾ ਜੇ ਤੇਰੇ ਮੱਥੇ ਮੜੀ ਗਈ ਮੇਰੀ ਪੂਰੀ ਜੂਨ ਖਰਾਬ ਹੋ ਜਾਣੀ ਹੈ ਅੱਛਾ ਜੂਨ ਮੇਰਾ ਅਗਸਤ ਸਤੰਬਰ ਅਕਤੂਬਰ ਸਾਰੇ ਖਰਾਬ ਕਰ ਦੇ ਤੂੰ ਆਪਣੀ ਜੂਨ ਸੁਧਾਰ ਲੈ ਵੱਡੀ ਆਈ ਆ ਰਾਈਟ ਇਹ ਜਿਹੜੇ ਕੰਪਨੀ ਦੇ ਨੌਕਰ ਬਣ ਕੇ ਇਹ ਮਾਲਕ ਬਣਨ ਦੀਆਂ ਸਕੀਮਾਂ ਹੈ ਨਾ ਇਹ ਬਹੁਤ ਸਮਝਦੀ ਆ ਮੈਂ ਠੀਕ ਹੈ ਨਾ ਭੁੱਖਾ ਮਰ ਜੂ ਭੁੱਖਾ ਜਵਾਨ ਆ ਮੇਰੀ ਜਵਾਨ ਤੇਰੇ ਨਾਲ ਵਿਆਹ ਨਹੀਂ ਕਰਾਉਂਦਾ ਉਹ ਬਾਬੇ ਕਿੰਨੀ ਕਿਚਰ ਲੜੀ ਜਾਣਾ ਈ ਬਾਬੇ 5 ਮਿੰਟ ਦੇ ਅੱਗ ਕੱਢ ਲੈਣ ਦੇ ਯਾਰ ਤੂੰ ਬੱਤਾ ਇੰਜੋਏ ਕਰ ਔਰ ਨਾਲੇ ਮੈਂ ਕਿਸੇ ਗੱਡੀ ਦੇ ਥੱਲੇ ਆ ਕੇ ਮਰ ਜੂ ਤੇਰੇ ਨਾਲ ਨਹੀਂ ਕਰਾਉਂਦਾ ਵਿਆਹ ਮੈਂ ਉਹ ਗੱਡੀ ਨਾ ਫਿਰ ਮੇਰੀ ਹੋਣੀ ਹੈ ਇਹ ਗੱਲ ਤੂੰ ਜ਼ਰੂਰ ਯਾਦ ਰੱਖੀ ਉਹ ਬੁੜਾ ਤੇਰਾ 5-5 ਰੁਪਏ ਪਿੱਛੇ ਲੜਦਾ ਤੂੰ ਮੇਰੇ ਤੇ ਗੱਡੀ ਚੜਾਏਂਗੀ ਸ਼ਰਮ ਕਰ ਪੈਟਰੋਲ ਨੂੰ ਤਾਂ ਤੇਰੇ ਕੋਲ ਪੈਸੇ ਹੈ ਨਹੀਂ ਓ ਮਾਈ ਗੋਡ ਜਿਹਨੂੰ ਮੇਰੀ ਜੁੱਤੀ ਮੋਨੀ ਲਾਉਂਦੀ ਉਹਨੂੰ ਮੈਂ ਕਿਉਂ ਮੂੰਹ ਲਾ ਰਹੀ ਆ ਗੋਡ ਓਫ ਹੈਲ ਤੂੰ ਰਹਿਣ ਦੇ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਰਿਜੈਕਟ ਕਰਦਾ ਰਿਜੈਕਟ 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 ਹੁਣੇ ਕਰਦਾ ਰਿਜੈਕਟ ਤੈਨੂੰ ਮੈਂ ਦੱਸਾਂ ਵਾਹ ਬਾਬੇ ਵਾਹ ਬਾਬੇ ਬੜੀ ਲਾ ਮਠਾਈ ਆ ਹੈ ਹੁਣ ਵੇਖ ਖੱਜਾਂ ਦੀ ਬਸ ਬਸ ਕਰਦੀ ਜਾਵੇ ਇਹਨੂੰ ਨਾ ਛਿਤਰਾਂ ਦੀ ਘਾਟ ਹੀ